ਰਾਹੁਲ ਦਲੱਬੀ ਹਰਮਨ ਲੰਗ ਜਿਨ੍ਹਾਂ ਨੇ ਪਹਿਲੀ ਕੁਰਸੀ ਲੈ ਸੋ ਕਹਿੰਦੇ 1100 ਦੀ ਝੱਡੀ ਹੈ ਜੀ ਅਮਰੀਤ ਸਿੰਘ ਨੰਬਰਦਾਰ ਨੇ ਬੰਨੀ ਹੈ ਜੀ 1100 ਦੀ ਝੱਡੀ ਸਾਡੇ ਸਰਦਵਾਸ ਸਰਦਾਰ ਪਾਲਾ ਸਿੰਘ ਜੀ ਪਹਿਲਵਾਨ ਸਾਹਿਬ ਦੇ ਪਰਿਵਾਰ ਵੱਲੋਂ ਬੰਨੀ ਜਾ ਰਹੀ ਹੈ ਜੀ ਇਹਨਾਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾ ਸਕੀਏ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਹੀ ਨਵੀਂ ਉਮਰ ਦੇ ਮੁੰਡੇ ਨੇ ਜੀ ਤੌਰ ਤੇ ਦਿੰਦੇ ਗਹਿਰਾਈ ਦੇ ਵਿੱਚ ਧੰਨਵਾਦ ਜੀ ਆਇਆਂ ਨੂੰ ਬਹੁਤ ਚੜ੍ਹ ਚੜ੍ਹ ਕੀਤਾ ਜਾ ਰਿਹਾ ਹੈ ਬੜੀ ਖੁਸ਼ੀ ਸਰਦਾਰ ਪ੍ਰਦੀਪ ਸਿੰਘ ਬੱਗਾ ਚਲੋ ਜੀ ਆ ਜਾਓ ਬਹੁਤ ਬਹੁਤ ਮਿਹਰਬਾਨੀ ਹਾਂਜੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਧਾਨ ਸਾਹਿਬ ਸੋ ਜਾ ਕੇ ਆਪਣਾ ਅਹੁਦਾ ਸੰਭਾਲ ਸਕਦੇ ਨੇ ਆਪਣੀ ਸੀਟ ਸੰਭਾਲ ਸਕਦੇ ਨੇ ਸਰਪੰਚ ਖੇੜੀ ਫੱਤਾਂ ਵਾਲੇ ਹਾਂਜੀ ਲਾਟੀ ਬੰਦ ਫਰੋਮ ਕਨੇਡਾ ਇਹਨਾਂ ਨੇ ਵੀ 1100 ਦੀ ਝੰਡੀ ਬੰਦੀ ਆ ਵੀ ਹਾਂਜੀ ਲਾਟੀ ਦੀਆਂ ਦੋ ਝੰਡੀਆਂ ਜੀ 1100 ਦੀਆਂ ਜੀ ਸਰਬਜੀਤ ਸਿੰਘ ਲਾਡੀ ਲਾਡੀ ਬਰਨ ਅਸੀਂ ਪਿਆਰ ਨਾਲ ਕਹਿੰਦੇ ਹਾਂ ਇਹਨਾਂ ਨੇ 1100 ਦੀਆਂ ਦੋ ਝੰਡੀਆਂ ਬਣੀਆਂ ਨੇ ਹਾਂਜੀ ਸਰਦਾਰ ਕੌਰ ਸਿੰਘ ਜੀ ਨੰਬਰਦਾਰ ਲਗੜੋਈ ਵਾਲੇ ਉਹ ਰੈਫਰੀਆਂ ਨਾਲ ਮਿਲ ਕੇ ਅੱਜ ਦੀਆਂ ਕੁਸ਼ਤੀ ਦੰਗਲ ਕਰਵਾਉਣਗੇ ਸਰਦਾਰ ਕੌਰ ਸਿੰਘ ਜੀ ਨੰਬਰਦਾਰ ਕਿਆ ਬਾਤ ਹੈ ਜੀ ਸਰਦਾਰ ਕੌਰ ਸਿੰਘ ਵਰਨ ਨੰਬਰਦਾਰ ਸਾਹਿਬ ਲਗੜੋਈ ਵਾਲੇ
ਵਾਹ ਜੀ। ਮਨਿੰਦਰ ਤੁੱਲੇਵਾ ਜਿਹਨਾਂ ਨੇ 1100 ਦੀ ਝੰਡੀ ਬੰਨੀ ਹੈ, ਮਨਸੀਰਤ ਕੌਰ ਤੁੱਲੇਵਾ ਔਰ ਲਾਡੀ ਫਰਨ ਜਿਹਨਾਂ ਨੇ 1100 ਦੀਆਂ 2 ਝੰਡੀਆਂ ਬੰਨੀਆਂ ਨੇ, ਸਵਾਹ ਦੁਆ ਧੰਨਵਾਦ ਕਰਦੇ ਹੈ। ਗੁਰਵੀਰ ਸਿੰਘ ਜੱਸਾ ਪ੍ਰਧਾਨ ਜਿਹਨਾਂ ਵੱਲੋਂ ਮੇਰੇ ਲਈ ਬਹੁਤ ਸਾਰਾ ਮਾਣ ਭੇਜਿਆ ਗਿਆ, ਸ਼ੁਕਰੀਆ ਮਿਹਰਬਾਨੀ, ਥੈਂਕ ਯੂ, ਵਾਹ ਜੀ ਵਾਹ। ਹਾਂਜੀ ਅਗਲੇ ਪ੍ਰਧਾਨ ਹੋਦਰ ਗੁਰਦਿੱਤ ਸਿੰਘ ਲੰਗ, ਗੁਰਦਿੱਤ ਸਿੰਘ ਲੰਗ ਇਸਮਾਇਲ ਧਗੇੜਾ, ਗੁਰਦਿੱਤ ਲੰਗ ਤੇ ਇਸਮਾਇਲ ਧਗੇੜਾ ਗਰਾਊਂਡ ਆ ਜਾਓ ਜੀ। ਲੈਣੀ ਜਿੰਨੇ ਪਹਿਲਵਾਨਾਂ ਨੂੰ ਅਨਾਊਂਸ ਕੀਤਾ ਜਾਂਦਾ ਉਹ ਜਲਦੀ ਨਾਲ ਹੀ ਆਇਆ ਕਰੀਏ, ਔਰ ਨਾਲ ਹੀ ਛੋਟਾ ਗੁੱਜਰ ਔਰ ਭਰਤ ਜਗੌਤੇ ਵਾਲਾ, ਛੋਟਾ ਗੁੱਜਰ ਔਰ ਭਰਤ ਜਗੌਤੇ ਵਾਲਾ ਇਹ ਵੀ ਆ ਜਾਓ ਜੀ, ਇਹ ਵੀ ਆ ਜਾਓ ਜੀ। ਹਾਂਜੀ ਹਾਂਜੀ ਉਧਰ ਬਹੁਤ ਵੱਡਾ ਧੰਨਵਾਦ ਹੈ ਗੁਰਸ਼ਾਨ ਸਰਪੰਚ ਨੂੰ ਲਿਖ ਦਿਓ, ਹੈ ਨਾ ਭਰਾ ਸਾਡਾ ਗੁਰਸ਼ਾਨ ਬੰਦ ਸਰਪੰਚ ਆ ਤੇ ਨਾਲ ਮਨਿੰਦਰ ਵਰਮਾ ਉਹਨਾਂ ਵੀ ਸਾਡੇ ਵੀਰ ਨੇ ਇਸਮਾਇਲ ਧਗੇੜਾ ਪਹੁੰਚ ਗਿਆ ਜੀ ਗੁਰਦਿੱਤ ਲੰਗ ਆ ਜੀ। ਹਾਂਜੀ ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਟਰੋਲੇ ਵਾਲੇ ਸਾਨੂੰ 1100 ਰੁਪਇਆ ਮਾਲੀ ਮਦਦ ਭੇਜਦੇ ਨੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਬਹੁਤ ਬਹੁਤ ਧੰਨ ਸਾਡੇ ਗੁਰਮੇਲ ਸਿੰਘ ਸਰਪੰਚ ਮੇਲ ਡਰਾਉਣਾ, 1100 ਰੁਪਇਆ ਸਰਦਾਰ ਚਰਨਜੀਤ ਸਿੰਘ ਜੀ ਸਰਪੰਚ ਖੇੜੀ ਵੱਤਾ ਵਾਲੇ ਇਹ ਵੀ ਸਾਨੂੰ 1100 ਰੁਪਇਆ ਮਾਲੀ ਮਦਦ ਭੇਜਦੇ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਸਰਪੰਚ ਚਰਨਜੀਤ ਸਿੰਘ ਜੀ ਖੇੜੀ ਵੱਤਾ ਵਾਲੇ ਛੋਟਾ ਗੁਰਜਰ ਔਰ ਭਾਰਤ ਦੇ ਨਾਲ ਦਾ ਆ ਜਾ ਬਾਈ, ਗੁਰਦਿੱਤ ਲਾਗ ਪਹੁੰਚਿਆ ਨੀ ਬਾਈ, ਦੇਖੋ ਜੀ ਥੋੜਾ ਸਮੇਂ ਦੀ ਕਦਰ ਕਰੋ ਕਿਉਂਕਿ ਸਮਾਂ ਬਹੁਤ ਵੱਡਾ, ਪਹਿਲਵਾਨ ਬਹੁਤ ਜ਼ਿਆਦਾ ਨੇ, ਆਪਾਂ ਸਭ ਦਾ ਮਾਣ ਰੱਖਣਾ। ਅੱਛਾ ਕਰਾਓ ਜੀ ਕੁਸ਼ਤੀ ਉਹਨਾਂ ਦੀ ਮੁੰਡਿਆਂ ਦੀ। ਹਾਂਜੀ ਪ੍ਰਧਾਨ ਜੀ ਇੱਦਾਂ ਕਰਾਓ ਕੁਸ਼ਤੀ ਮੁੰਡੇ ਜੀ, ਛੋਟਾ ਗੁੱਜਰ ਛੋਟਾ ਗੁਜਰ ਭਾਰਤ ਜਨੌਦਾ ਹਾਂਜੀ ਸਰਦਾਰ ਹਾਂਜੀ ਛੋਟਾ ਗੁਜਰ ਵੀ ਆ ਗਏ ਸਰਦਾਰ, ਉਸ ਤੋਂ ਅੱਗੇ ਮਨੀਸ਼ ਯੂਪੀ ਵਾਲਾ ਔਰ ਭੋਲੂ ਵਿਰੜਾ ਵਾਲਾ। ਹਾਂਜੀ ਰਿਕਾ ਜੀ ਹਾਂਜੀ ਸਰਦਾਰ ਮਲੂਕ ਸਿੰਘ ਜੀ ਸਿੱਧੂ ਸਾਹਿਬ ਦੁੱਲਿਆ ਵਾਲੇ ਇਹਨਾਂ ਦੇ ਪਰਿਵਾਰ ਵੱਲੋਂ 1100 ਰੁਪਏ ਦੀ ਝੰਡੀ ਬੰਨੀ ਗਈ ਹੈ ਜੀ ਸਰਦਾਰ ਮਲੂਕ ਸਿੰਘ ਜੀ ਸਿੱਧੂ ਸਾਹਿਬ ਦੁੱਲਿਆ ਵਾਲੇ। ਵਾਹ ਜੀ ਵਾਹ ਕਿਆ ਬਾਤ ਹੈ, ਸਾਡੇ ਵੀਰ ਝੰਡੀਆਂ ਦੇ ਝੰਡੀਆਂ ਬੰਨ ਰਹੇ ਨੇ, ਸਾਡੇ ਬਾਬਾ ਨਰਮਾਨ ਦਾਸ ਜੀ ਦੇ ਮੇਲੇ ਨੂੰ ਹੋਰ ਚਾਰ ਚੰਦ ਲਾ ਰਹੇ ਨੇ, ਦਿਲ ਦੀਆਂ ਗਹਿਰਾਈਆਂ ਤੇ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਮਿਹਰਬਾਨੀ ਆ ਸਾਰੀ ਸੰਗਤ ਨੂੰ ਜੀ ਆ ਗਏ ਨੇ। ਹਾਂਜੀ ਰਿੰਕਾ ਜੀ ਸਾਨੂੰ ਸਾਡੇ ਸਰਪੰਚ ਸਾਹਿਬ ਆਏ ਹੋਏ ਗਰਾਊਂਡ ਦੇ ਵਿੱਚ, ਕੋਈ ਗੱਲ ਨੀ ਚਾਚੇ ਆ ਦੇਖੋ ਜੀ ਵਾਲੀਵਾ ਜੋੜਾ ਪਾਤਰ ਜੱਗਾ ਛੱਡਾ ਕਿਆ ਬਾਤ ਹੈ ਜੀ। ਹਾਂਜੀ ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਉਹ ਵੀ ਆਪਣਾ ਸਨਮਾਨ ਚ ਨਾਸਰ ਕਰ ਲੈਣ ਜੀ,
ਤੇ ਨਾਲ ਸਰਦਾਰ ਚਰਨਜੀਤ ਸਿੰਘ ਜੀ ਸਰਪੰਚ ਖੇੜੀ ਬੱਤਾ ਵਾਲੇ, ਉਹ ਵੀ ਆਪਣਾ ਸਨਮਾਨ ਚਿੰਨ ਹਾਸਲ ਕਰ ਲੈਣ ਜੀ ਸਾਡੇ ਕਮੇਟੀ ਮੈਂਬਰਾਂ ਤੋਂ। ਹਾਂਜੀ ਸਾਡੇ ਮੱਘਰ ਸਿੰਘ, ਇਹਨਾਂ ਨੇ ਵੀ ਕੁਸ਼ਤੀ ਕਰਨੀ ਹੈ, ਉਹ ਵੀ ਖੇਡ ਮੈਦਾਨ ਦੇ ਵਿੱਚ ਪਹੁੰਚਣ। ਹਾਂਜੀ ਹੁਣ ਇੱਕ ਵਾਰੀ ਫੇਰ ਧੰਨਵਾਦ ਹੈ ਮਹਿਕ ਨੰਬਰਦਾਰ ਤੇ ਜਸ਼ਵੰਤ ਸਿੰਘ ਦਾ, ਐਨ ਵੀਰ ਸਾਡੇ ਹੋਰਾਂ ਦਾ ਕਿਤੇ ਧੰਨਵਾਦ ਹੈ। ਕਾਇਨ ਮੇਰੇ ਪਿਛਲੇ ਦਿਨ ਤੋਂ ਵੱਡੀਆਂ ਜੀ ਡਿਊਟੀਆਂ ਇਹਨਾਂ ਭਰਾਵਾਂ ਦੇਵੀਆਂ, ਬਹੁਤ ਵੱਡਾ ਧੰਨਵਾਦ ਹੈ ਭਰਵਾਨ ਨਾਲ ਵੀ ਜਿਹੜੇ ਘੋਲ ਕਰ ਰਹੇ ਖੇਡ ਮੈਦਾਨ ਦਾ, ਵਧੀਆ ਘੋਲ ਜਿਹੜੇ ਕੀਤੇ ਜਾ ਰਹੇ ਹੈ, ਵੱਡੇ ਵੱਡੇ ਪਹਿਲਵਾਨ ਅੱਜ ਲਗਰੋਈ ਪਿੰਡ ਦੇ ਵਿੱਚ ਘੁਲਦੇ ਜਾ ਰਹੇ ਦੇਖਦੇ ਹੋ, ਐਨ ਵੱਡੀਆਂ ਵੱਡੀਆਂ ਝੰਡੀਆਂ ਵੀ ਜਿਹੜੀਆਂ ਗੱਡੀਆਂ ਜਾਣਗੀਆਂ ਤੇ ਵੱਡੇ ਵੱਡੇ ਪ੍ਰਾਈਜ਼ ਜਿਹੜੇ ਨਾ ਪਹਿਲਵਾਨਾਂ ਨੂੰ ਦਿੱਤੇ ਜਾਣਗੇ। ਸਾਰੇ ਭਰਾਵਾਂ ਦਾ ਧੰਨਵਾਦ ਹੈ। ਨਾਲ ਕੁਝ ਮਿੰਟਾਂ ਚ ਸਰਦਾਰ ਚੇਤਨ ਸਿੰਘ ਦੀ ਚੌੜਾ ਬਾਜਰਾ ਕੈਬਨਿਟ ਮੰਤਰੀ ਪੰਜਾਬ, ਉਹ ਵੀ ਚੱਲਦੇ ਮੀਟਰਾਂ ਦੇ ਵਿੱਚ ਪੁੱਜਦੇ ਜਾ ਰਹੇ ਹੈ, ਉਹਨਾਂ ਦਾ ਵੀ ਕਿਤੇ ਧੰਨਵਾਦ ਹੈ। ਇਸ ਤੋਂ ਅਗਲਾ ਪਹਿਲ ਜਨਾਬ ਪਾਲਾ ਘੱਗਿਆ ਔਰ ਗਾਦਲ, ਪਾਲਾ ਘੱਗਾ ਔਰ ਗਾਦਲ ਉਹ ਵੀ ਖੇਡ ਮੈਦਾਨ ਚ ਪਹੁੰਚਣਗੇ ਪਾਲਾ ਘੱਗਿਆ। ਹਾਂਜੀ ਆ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਵੀ ਗੇਟ ਖੋਲ ਦੋ ਜੀ, ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਚੇਤਨ ਸਿੰਘ ਜੀ ਚੌੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ। ਹਾਂਜੀ ਸਾਰੇ ਹੀ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਕੋਈ ਵੀ ਪਹਿਲਵਾਨ ਸਟੇਜ ਤੇ ਨਾ ਆਵੇ ਜੀ, ਜੋ ਵੀ ਉਹਨਾਂ ਦਾ ਸਨਮਾਨ ਆ ਉਹ ਥੱਲੇ ਗਰਾਊਂਡ ਵਿੱਚ ਹੀ ਕੀਤਾ ਜਾਊਗਾ ਜੀ। ਕੋਈ ਵੀ ਪਹਿਲਵਾਨ ਵੀਰ ਕੁਸ਼ਤੀ ਘੋੜੇ ਤੋਂ ਬਾਅਦ ਸਟੇਜ ਤੇ ਨਾ ਆਵੇ ਜੀ, ਹੱਥ ਜੋੜ ਕੇ ਬੇਨਤੀ ਹੈ ਜੀ। ਮੈਂ ਵੀ ਪਹਿਲਵਾਨ ਵੀਰਾਂ ਨੂੰ ਬੇਨਤੀ ਆਪਾਂ ਸਟੇਜ ਉੱਤੇ ਨਾ ਆਈਏ, ਜਿਹੜੇ ਤੁਹਾਡੇ ਬਣਦੇ ਮਾਨ ਸਨਮਾਨ ਉਹ ਤੁਹਾਨੂੰ ਗਰਾਊਂਡ ਦੇ ਵਿੱਚ ਹੀ ਦੇ ਦਿੱਤੇ ਜਾਣਗੇ। ਕਿਰਪਾ ਕਰਕੇ ਆਪਾਂ ਸਟੇਜ ਉੱਤੇ ਨਾ ਆਈਏ, ਬੜੇ ਸਤਿਕਾਰ ਦਿਓ, ਬਹੁਤ ਵੱਡਾ ਧੰਨਵਾਦ ਹੈ ਸਾਰੇ ਪਹਿਲਵਾਨ ਵੀਰਾਂ ਦਾ। ਵਧੀਆ ਘੋਲ ਜਿਹੜੇ ਖੋਰੇ ਹੈ ਸਾਹਮਣੇ ਕਰਦੇ ਆ ਮੇਰੇ ਵੀਰੋ। ਸਾਜੀ ਮਨਿੰਦਰ ਸਿੰਘ ਤੱਲਿਆ ਜਿਨ੍ਹਾਂ ਨੇ 1100 ਦੀ ਝੰਡੀ ਬੰਨੀ ਹੈ, ਮਨਸੀਰਤ ਕੌਰ ਤੱਲਿਆ ਇਹਨਾਂ ਨੇ ਵੀ 1100 ਦੀ ਝੰਡੀ ਬੰਨੀ ਹੈ, ਜੋ ਝੰਡੀਆਂ ਦਾ ਕੰਮ ਵੀ ਸਟਾਰਟ ਹੋਣ ਵਾਲਾ, ਦੇਖਦੇ ਹਾਂ ਕਿਹੜਾ ਕਿਹੜਾ ਨਿਕਲਦਾ। ਔਰ ਨਾਲ ਹੀ ਸਾਡੇ ਸਾਂਝੀ ਪੰਜਾਬੀ ਬੰਨ ਇਹਨਾਂ ਨੇ 2 ਝੰਡੀਆਂ 1100 ਦੀਆਂ ਬੰਨੀਆਂ ਨੇ। ਸਾਡੇ ਪਾਲਾ ਸਿੰਘ ਲਗਰੋਈ ਸਵਰਗਵਾਸ ਪਾਲਾ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 1100 ਦੀ ਝੰਡੀ ਬੰਨੀ ਗਈ ਹੈ। 1100 ਦੀ ਝੰਡੀ ਹਰਚੰਦ ਸਿੰਘ ਜੀ ਵਰਨ ਸਾਬਕਾ ਸਰਪੰਚ ਸਾਹਿਬ ਔਰ ਮੌਜੂਦਾ ਨੰਬਰਦਾਰ ਸਾਹਿਬ ਇਹਨਾਂ ਦੇ ਪਰਿਵਾਰ ਵੱਲੋਂ ਬੰਨੀ ਗਈ ਹੈ। ਝੰਡੀਆਂ ਹੋਰ ਵੀ ਬੜੀਆਂ ਆ ਰਹੀਆਂ ਨੇ। ਹਾਂਜੀ ਲੱਗੀ। ਹਾਂਜੀ ਬਾਬਾ ਛੋਟਾ ਗੁਰਜੀ ਨੂੰ ਬੇਨਤੀ ਆ ਵੀ ਗੇਟ ਤੇ ਪਹੁੰਚਣ ਜੀ, ਤਾਂ ਜੋ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਚੇਤਨ ਸਿੰਘ ਜੀ ਜੌੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਨ ਲਈ ਢੋਲੀ ਵੀਰਾਂ ਨੂੰ ਬੇਨਤੀ ਆ ਵੀ ਉਹ ਗੇਟ ਤੇ ਪਹੁੰਚਣ ਜੀ ਢੋਲੀ ਵੀਰ। ਦੂਸਰਾ ਬੇਨਤੀ ਹੈ ਜਿਹੜੇ ਖਲੀਫਾ ਵੀਰ ਕੁਸ਼ਤੀਆਂ ਕਰਵਾ ਰਹੇ ਨੇ ਸਾਡੇ ਦਰਮਿਆਨ ਸਰਦਾਰ ਚੇਤਨ ਸਿੰਘ ਜੀ ਜੌੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ
ਉਹ ਵੀ ਪਹੁੰਚ ਚੁੱਕੇ ਆ। ਬਹੁਤ ਵੱਡਾ ਧੰਨਵਾਦ ਹੈ, ਦਿਲ ਦੀਆਂ ਗਹਿਰਾਈਆਂ ਦੇ ਵਿੱਚ ਜੀ ਆਇਆਂ ਨੂੰ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ। ਹਾਂਜੀ, ਇੱਕ ਯਾਦਗਾਰੀ ਫੋਟੋ ਖਿੱਚਿਆ ਜਾ ਰਿਹਾ ਹੈ। ਇਹ ਯਾਦਾਂ ਹੁੰਦੀਆਂ ਮੇਰੇ ਵੀਰੋ ਵੀ ਹਨੇਰੀਆਂ ਆਉਂਦੀਆਂ ਨੇ, ਆ ਕੇ ਤੂਫਾਨ ਚਲੇ ਜਾਂਦੇ ਆ, ਬਸ ਯਾਦਾਂ ਰਹਿ ਜਾਂਦੀਆਂ ਕਿ ਇਨਸਾਨ ਚਲੇ ਜਾਂਦੇ ਆ, ਯਾਦਾਂ ਰਹਿ ਜਾਂਦੀਆਂ ਆ ਕੇ ਇਨਸਾਨ ਚਲੇ ਜਾਂਦੇ ਆ। ਵੱਡਾ ਧੰਨਵਾਦ ਹੈ। ਮੈਂ ਮੇਰੇ ਜੀ ਨੂੰ ਬੇਨਤੀ ਕਰਦਾ ਕਿ ਦੋ ਮਿੰਟ ਮਿੱਤਰ ਸਿੰਘ ਜੀ ਚੋੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ, ਉਹਨਾਂ ਦੇ ਨਾਲ ਸਰਦਾਰ ਨਵਿੰਦਰ ਸਿੰਘ ਜੀ ਜਵੰਦਾ ਕਾਟਾ ਸਵਾਰਾ, ਸਰਜੀਤ ਸਿੰਘ ਜੀ ਘਰਾਇਆ ਗਾਜੀਪੁਰ ਵਾਲੇ, ਸਰਦਾਰ ਹਰਮਤ ਸਿੰਘ ਜੀ ਬਿਰਕ ਡਾਲੀਪੁਰ ਵਾਲੇ, ਮਹਾਨੀ ਹਰਮੇਸ਼ ਕੁਲਾਰਾ, ਉਹਨਾਂ ਦੀ ਪੂਰੀ ਟੀਮ ਦਾ ਅਸੀਂ ਦਿਲ ਤੋਂ ਜੀ ਆਇਆਂ ਨੂੰ ਆਖਦੇ ਹਾਂ ਜੀ, ਜੋ ਆਪਣਾ ਕੀਮਤੀ ਸਮਾਂ ਕੱਟ ਕੇ ਆਪਣੇ ਖੇਡ ਮੇਲੇ ਦੀ ਰੌਣਕ ਵਧਾਉਣ ਵਾਸਤੇ ਪਹੁੰਚੇ ਨੇ, ਅਸੀਂ ਕਲੱਬ ਵੱਲੋਂ ਤੇ ਪੂਰੇ ਨਗਰ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ। ਮੈਂ ਕਲੱਬਾਂ ਦੇ ਵੀਰਾਂ ਨੂੰ ਬੇਨਤੀ ਕਰਦਾ ਜੇ ਝੰਡੀਆਂ ਦੇ ਕੁਰਸੇ ਨੂੰ ਸਟਾਰ ਕਰਵਾ ਦੇਣ। ਹਾਂਜੀ, ਨਿਰਮਾਣਾ ਬਹਾਦਰ ਔਰ ਅਵਤਾਰ ਸਫੀਪੁਰੀਆ ਇਹ ਵੀ ਆਇਓ ਜੀ। ਨਿਰਮਾਣਾ ਬਹਾਦਰ ਅਵਤਾਰ ਸਫੀਪੁਰੀਆ ਝੰਡੀ ਵਾਲੀ ਕੁਸ਼ਤੀਆਂ ਵਾਲਾ ਜੋੜ ਮੇਲ ਕਰਾਉਂਦੇ ਨੇ, ਆਪ ਗਏ ਵੀ ਇਹ ਸੰਧਲੀ ਸੰਧਲੀ ਪੈਰਾਂ ਨੇ, ਇਹ ਪੈਰਾਂ ਨੇ ਯਾਰ ਉਹ ਕਿਹਨਾਂ ਦੀਆਂ, ਸਾਨੂੰ ਲੱਗਦਾ ਉਹ ਆ ਗਏ ਨੇ, ਸਾਨੂੰ ਅਮਰੀਕਾ ਸੀ ਜਿਨ੍ਹਾਂ ਦੀਆਂ, ਲੱਗਦਾ ਉਹ ਆ ਗਏ ਨੇ, ਸਾਨੂੰ ਅਮਰੀਕਾ ਸੀ ਜਿਨ੍ਹਾਂ ਦੀਆਂ। ਹੁਣ ਝੰਡੀ ਵਾਲੀ ਕੁਸ਼ਤੀ ਦਾ ਜੋੜ ਮੇਲ ਕਰਵਾਇਆ ਜਾ ਰਿਹਾ, ਸਰਦਾਰ ਚੇਤਨ ਸਿੰਘ ਜੀ ਚੋੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ, ਧੰਨਵਾਦ ਉਹਨਾਂ ਕੈਬਨੇ ਦੀ ਝੰਡੀ ਬੰਨੀ ਗਈ ਹੈ ਜੀ। ਜੱਜ ਸਵਾਣੇ ਵਾਲਾ ਔਰ ਜੱਗਾ ਸਫੀਪੁਰੀਆ ਕੁਸ਼ਤੀ ਦਿਖਾਉਣਗੇ ਜੀ। ਝੰਡੀ ਸ਼ੁਰੂ ਹੋਣ ਜਾ ਰਹੀ ਹੈ, ਝੰਡੀ ਵਾਲੀ ਮੇਰੀ ਵੀਰੋ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣਾ ਕੀਮਤੀ ਸਮਾਂ ਕੱਟ ਕੇ ਆਪਣੇ ਦਰਮਿਆਨ ਪਹੁੰਚੇ ਨੇ। ਅਰੁਣ ਗੁਪਤਾ ਜੀ ਅੱਜ ਇੱਧਰ ਦੇਖੋ, ਕਹਿੰਦੇ ਸਾਰੀ ਫਰਮਾਈ ਇੱਕ ਤਰਫ ਜੋੜੂ ਦਾ ਭਾਈ, ਇੱਕ ਤਰਫ ਮੁਖਤਿਆਰ ਸਫੀ ਬੋਲੀਆਂ ਮੋਗਾ ਕਰੇ ਤੇ ਸਾਡੇ ਕੌਰ ਸਿੰਘ ਦੇ ਸਹੁਰਿਆਂ ਨੂੰ ਮੋਗਾ, ਕਿਉਂਕਿ ਕੌਰ ਸਿੰਘ ਨੇ ਦੌੜ ਦੌੜ ਖੇਡਿਆ ਗਿਆ ਤੇ ਜਿਹੜੇ ਸਹੁਰੇ ਦਾ ਮਹਿਰਬਾਨ ਆ ਸਫੀ ਬੋਲੀਆਂ ਖੇਡੂ ਆਇਆ ਆ ਕੋਠੀ ਖੇਡੀ ਆਇਆ, ਕਿਆ ਬਾਤ ਹੈ ਜੀ। ਹਾਲਾਂਕਿ ਹਾਂਜੀ, ਸਰਦਾਰ ਤਰਨਵੀਰ ਸਿੰਘ ਜੀ ਸੰਧੂ ਐਸ ਐਚ ਓ ਪਟਿਆਣਾ, ਉਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਦਰਮਿਆਨ ਪਹੁੰਚੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਸਰਦਾਰ ਤਰਨਵੀਰ ਸਿੰਘ ਜੀ ਐਸ ਐਚ ਓ ਪਟਿਆਣਾ ਜੀ ਜਗਰੂਰ ਪਿੰਡ ਦੇ ਸਾਰੇ ਸਰਕਾਰ ਦੇ ਭਰਾ ਨੌਜਵਾਨ ਔਰ ਕਲੱਬ ਵੱਲੋਂ ਜੈ ਬਾਬਾ ਹਰਮਾਨ ਦਾਸ ਜੀ ਦੀ ਜਿਹੜਾ ਜਾਤ ਜਿਹੜਾ ਇਹ ਟੂਰਨਾਮੈਂਟ ਕਰਾਇਆ ਜਾਂਦਾ,
ਔਰ ਬੜੀ ਚੰਗੀ ਗੱਲ ਹੈ ਕਿ ਨੌਜਵਾਨਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ ਕਿ ਖੇਡਾਂ ਵੱਲ ਹੋਰ ਥਾਂ ਤੇ ਜਿਹੜਾ ਨਸ਼ੇ ਦਾ ਬੋਲ ਬੰਦ ਹੈ ਉਹ ਤੋਂ ਖਹਿੜਾ ਛੁਡਾ ਛੁਡਾ ਸਕੇ ਔਰ ਇੱਕ ਵਧਾਈ ਵੀ ਦੇਊਂਗਾ ਸਾਰੇ ਲੱਗਰ ਜਿਹੜੇ ਨੇੜੇ ਤੇੜੇ ਦੇ ਹੈਗੇ ਆ ਜਿਹਨਾਂ ਨੇ ਕਿ ਪਿਛਲੇ ਸਮੇਂ ਤੱਕ ਬੜਾ ਸੋਹਣਾ ਉਪਰਾਲਾ ਕੀਤਾ ਜੋ ਨਸ਼ਾ ਪਿੰਡ ਦੇ ਵਿੱਚ ਜਿਹੜਾ ਵਿਕਦਾ ਸੀ ਉਹਦੇ ਲਗਾਉਣ ਦੀ ਕੋਸ਼ਿਸ਼ ਜਿਹੜਾ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ ਔਰ ਉਮੀਦ ਵੀ ਕਰਦੇ ਹਾਂ ਕਿ ਅਸੀਂ ਉਹਦੇ ਪਹਿਰਾ ਹੋਰ ਪੈਰੇ ਲੋਕ ਦੇਵਾਂਗੇ ਕਿਉਂਕਿ ਜਿਸ ਪਰਿਵਾਰ ਦਾ ਬੱਚਾ ਨਸ਼ੇ ਤੇ ਲੱਗ ਗਿਆ ਤਾਂ ਉਹਦੇ ਨਾਲ ਬਹੁਤ ਸਾਰਾ ਜਿਹੜਾ ਪਰਿਵਾਰ ਦਾ ਨੁਕਸਾਨ ਤਾਂ ਹੋਣਾ ਹੋਣਾ ਆਮ ਦਿਮਾਗ ਦਾ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਕਿਉਂਕਿ ਜਿਹੜਾ ਬੱਚਾ ਨਸ਼ਾ ਕਰਦਾ ਤੇ ਉਹ ਮਾਪਿਆਂ ਦਾ ਜਿਹੜੀ ਭਰੋਸਾ ਉੱਠ ਜਾਂਦਾ ਮਾਪਿਆਂ ਦਾ ਵੀ ਉੱਠਦਾ ਨਗਰ ਬਸ ਹੁੰਦਾ ਸੋ ਆਓ ਰਲ ਮਿਲ ਕੇ ਆਪਾਂ ਜਿਹੜਾ ਜੋ ਆਪਾਂ ਸੁਪਨੇ ਸੰਜੋਏ ਹੋਏ ਨੇ ਕਿ ਰੰਗਲਾ ਪੰਜਾਬ ਬਣਾਉਂਦੇ ਉਹਨਾਂ ਨੂੰ ਆਪਾਂ ਰਲ ਮਿਲ ਕੇ ਜਿਹੜਾ ਬਣਾ ਸਕਦਾ ਇੱਕ ਦੋ ਤਿੰਨ ਮੰਗਾਂ ਨੇ ਜਿਹੜੀਆਂ ਪਿੰਡ ਦੀਆਂ ਉਹਨਾਂ ਦੇ ਤਹਿਤ ਵਿੱਚ ਕਿੱਦਾਂ ਸਾਹਮਣੇ ਜਿਹੜਾ ਰਸਤਾ ਜਾਂਦਾ ਅੱਗੇ ਚੌਂਹ ਫੇਰੀ ਨਿਕਲਦਾ ਇਹਦੀ ਮੰਗ ਹੈ ਕਿ ਪਿਛਲੇ 50 ਸਾਲਾਂ ਤੋਂ ਇਹ ਜਿਹੜੀ ਮੰਗ ਹੈ ਪੂਰੀ ਨਹੀਂ ਕਰਦੀ ਪਰ ਮੈਂ ਬੇਨਤੀ ਕੀਤੀ ਹੈ ਕਿ ਮੈਂ 26 ਤਰੀਕ ਨੂੰ ਵੀਡੀਓ ਨੂੰ ਵੀ ਔਰ ਸੈਕਟਰੀ ਲੈ ਕੇ ਇਹਦਾ ਜਿਵੇਂ ਵੀ ਹੋ ਸਕਦਾ ਜੇ ਅਗਲੇ ਪਿੰਡ ਨੂੰ ਕੋਈ ਸੜਕ ਦੀ ਪ੍ਰਪੋਜ਼ਲ ਬਣਦੀ ਉਹ ਵੀ ਜਾਂ ਜੇ ਲੋਕਪੈਲ ਜਾਂ ਜਿਹੜੀ ਨਾਗਰਿਕਤਾ ਲਾ ਕੇ ਇਹ ਜਿਵੇਂ ਵੀ ਮਸਲਾ ਹੱਲ ਹੁੰਦਾ ਹੋਊਗਾ 26 ਜਾਂ 27 ਤਰੀਕ ਨੂੰ ਲੈ ਕੇ ਆਵਾਂਗੇ ਤਾਂ ਫਿਰ ਇਹਦਾ ਮਸਲਾ ਜਿਹੜਾ ਹੱਲ ਹੈ ਜਿਹੜਾ ਕੀਤਾ ਜਾ ਸਕੇ ਕਿਉਂਕਿ ਜਿਹੜਾ ਵੀ ਸਾਥੀ ਇਸ ਪਿੰਡ ਦਾ ਮਿਲਿਆ ਉਹਨਾਂ ਨੇ ਇਹੀ ਮੰਗ ਰੱਖੀ ਕਿ ਰਸਤਾ ਜਿਹੜਾ ਬਣਦਾ ਇੱਕ ਓਪਨ ਜਿੰਮ ਦੀ ਜਿਹੜੀ ਮੰਗ ਹੈ ਉਹ ਵੀ 2-3 ਮਹੀਨਿਆਂ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਜਿੱਥੇ ਜਗ੍ਹਾ ਤੁਸੀਂ ਦੱਸਣੀ ਹੈ ਇਹ ਨਾ ਹੁੰਦੇ ਜਿੰਮ ਲਵਾ ਦੇ ਕਿਤੇ ਕੋਈ ਟੱਪ ਕੇ ਲੈ ਜੇ ਕਿਉਂਕਿ ਉਹ ਵੀ ਖਿਆਲ ਰੱਖਣਾ ਜੇ ਕਿਹੜੀ ਇਹੋ ਜਿਹੀ ਥਾਂ 'ਤੇ ਜਿੰਮ ਲਵਾਈਏ ਜਿੱਥੇ ਸਾਨੂੰ ਸਾਰੇ ਫਾਇਦਾ ਵੀ ਹੋਵੇ ਪਿੰਡ ਨੂੰ ਔਰ ਉਹਦੀ ਸਾਂਭ ਸੰਭਾਲ ਜਿਹੜੀ ਉਹ ਵੀ ਕੀਤੀ ਜਾ ਸਕੇ ਸੋ ਇੱਕ ਹਾਂ ਕਲੱਬ ਵਾਸਤੇ 31,000 ਰੁਪਇਆ ਕਲੱਬ ਵਾਸਤੇ ਮੈਂ ਕਹੂੰਗਾ ਕਲੱਬ ਆਪ ਜੀ ਨੂੰ ਲਿਖ ਕੇ ਦੇ ਦੇਣਗੇ ਇਹਨਾਂ ਨੂੰ ਪ੍ਰਵਾਹ ਜੀ ਨੂੰ ਮਿਲਣਗੇ ਔਰ ਜਿਹੜੀ ਖੇਡਾਂ ਨੇ ਜਿਹੜੀਆਂ ਉਹ ਕਬੱਡੀ ਹੋਵੇ ਜਾਂ ਕੁਸ਼ਤੀ ਹੋਵੇ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਸੋ ਰਲ ਮਿਲ ਕੇ ਆਪਾਂ ਕਰਾਉਣੇ ਨੇ 31,000 ਰੁਪਇਆ ਜਿਹੜਾ ਉਹ ਕਲੱਬ ਨੂੰ ਜਿਹਨਾਂ ਨੇ ਜੇ ਕਲੱਬ ਬਣਾਉਣ ਦਾ ਜਿਵੇਂ ਵੀ ਹੈਗਾ ਤੁਸੀਂ ਦੱਸਣਾ ਨਗਰ ਵਾਸੀਆਂ ਦੱਸਣਾ ਜਿੱਥੇ ਕਹੋਗੇ ਉੱਥੇ 31,000 ਰੁਪਇਆ ਜਿਹੜਾ ਆਪਾਂ ਵਾਟਾਂਗੇ ਔਰ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਸਾਰੇ ਨਗਰ ਵਾਸੀਆਂ ਦਾ ਔਰ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਰਿੰਦਰ ਮਹਿਤਾ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਪੁਲਿਸ ਹੈ ਜਿਹੜੀ ਉਹਨਾਂ ਨੇ ਵੀ ਜਿਹੜਾ ਸਪੋਰਟੀ ਦਿੱਤੀ ਹੋਈ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਆਪਣੇ ਨਾਲ ਖੜਾ ਗੁਰਵਿੰਦਰ ਸਾਰੇ ਚਾਰਜ ਆ ਕੇ ਅੰਦਰ ਕਹਿੰਦਾ ਦੁਬਾਰਾ ਫਿਰ ਸਾਨੂੰ ਕਿ ਨਸ਼ੇ ਵਾਲਾ ਕੋਈ ਵੀ ਬਖਸ਼ ਨਾ ਜੇ ਕੋਈ ਸਾਡਾ ਵੀ ਬੰਦਾ ਫੋਨ ਕਰਦਾ ਉਹ ਵੀ ਨਹੀਂ ਛੱਡਣਾ ਉਹਦੇ ਵੀ ਪਰਚਾ ਕਰਕੇ ਗੁਰਵਿੰਦਰ ਉਹਦੇ ਵੀ ਪਰਚਾ ਕਰਕੇ ਗੱਲ ਕਰਨੀ ਆ ਨਸ਼ੇ ਵਾਲੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਿਉਂਕਿ ਕਿਵੇਂ ਨਾ ਕਿਵੇਂ ਛੁਪਾਰ ਸੀ ਫਿਰ ਕਹਾਣੀ ਹੋ ਜਾਂਦੀ ਆ ਮੈਂ ਜਿੱਦਣ ਪਿਛਲੇ ਦਿਨ ਆਇਆ ਸੀ ਉੱਧਰ ਵੀ ਇੱਕ ਬੰਦਾ ਆ ਕੇ ਮੈਨੂੰ ਲੱਗਿਆ ਵੀ ਕੱਲ੍ਹ ਲੈ ਦੇ ਕੇ ਤੁਸੀਂ ਇਹਦਾ ਖੜਾ ਛੜਾ ਦਿਓ ਛੜੇ ਨਾ ਮੈਨੂੰ ਵੀ ਲੈ ਦੇ ਕੇ ਖੜਾ ਛੜਾ ਦਿਓ ਕਿਵੇਂ ਕਿਹੜਾ 200 ਬੰਦਾ ਖੜਾ ਵੀ ਲੋਕ ਕਿਸ ਹੱਦ ਤੱਕ ਪਹੁੰਚ ਗਏ ਨਹੀਂ 100 ਵਾਰੀ ਡਰਦਾ ਅਗਲਾ ਵੀ ਆਪਾਂ ਮੰਤਰੀ ਨਾਲ ਗੱਲ ਕਰ ਰਹੇ ਹਾਂ ਮੈਂ ਕਹਿੰਦਾ ਲੋਕ ਐਂ ਕਹਿੰਦੇ ਵੀ ਬਸ ਕੋਈ ਗੱਲੇ ਨਹੀਂ ਹੈ ਸੋ ਉਹਦੀ
ਨੱਕਣ ਵਾਲੀ ਅੱਖਾਂ ਕਢਵਾਈਆਂ ਪੂਰੀਆਂ ਅੰਦਰ ਬਿੰਦਰ ਖੜਾ ਚੰਗੀ ਉਹਦੀ ਪਰੇਡ ਹੋਈ ਆ ਇੱਕ ਗੁਰੂ ਘਰ ਦਾ ਵਜ਼ੀਰ ਹੋ ਕੇ ਮੈਨੂੰ ਕਹਿ ਰਿਹਾ ਪੈਸੇ ਲੈ ਕੇ ਛੱਡ ਦੋ ਕੋਈ ਚੱਕਰ ਵਾਲੀ ਗੱਲ ਨੂੰ ਸੋ ਇਸ ਕਰਕੇ ਮੇਰੀ ਬੇਨਤੀ ਆ ਨਸ਼ੇ ਵਾਲਾ ਚਾਹੇ ਮੇਰਾ ਕੋਈ ਆਪਦਾ ਵੇਚਦਾ ਚਾਹੇ ਬਗਾਨਾ ਵੇਚਦਾ ਕੋਈ ਨੀ ਬਖਸ਼ਣਾ ਕੋਈ ਵੀ ਨੀ ਬਖਸ਼ਣਾ ਪਰ ਇੱਕ ਮੈਂ ਸਾਰੇ ਨਗਰ ਨੂੰ ਹੋਰ ਕੇ ਕੀ ਕਰਨਾ ਉਹਦੇ ਵਿੱਚ ਪੰਚ ਸਰਪੰਚ ਵੀ ਬੈਠੇ ਨੇ ਤੁਸੀਂ ਵੀ ਜਮਾਨਤ ਦਾ ਨਾਂ ਕਰਾਉਣ ਜਾਇਆ ਕਰੋ ਜੇ ਨੰਬਰਦਾਰ ਪਿੱਛੇ ਵਰਗਾ ਸਰਪੰਚ ਪਿੱਛੇ ਵਰਗਾ ਨਾ ਜਮਾਨਤ ਹੋਈ ਨਾ ਦੋਵੇਂ ਸਾਥ ਜੇ ਕੋਈ ਨੰਬਰਦਾਰ ਜਾਂ ਸਰਪੰਚ ਜਮਾਨਤ ਕਰਾਉਂਦਾ ਉਹਦੇ ਵੀ ਤੁਸੀਂ ਨਗਰ ਹੈ ਜਿਹੜਾ ਬਣਦੀ ਕਾਰਵਾਈ ਕਰਾਓ ਉਹਦਾ ਵੀ ਜਿਹੜਾ ਕਿਉਂਕਿ ਅਸੀਂ ਇੱਕ ਨਗਰ ਚ ਰਹਿਣਾ ਸਾਡਾ ਫਰਜ਼ ਬਣਦਾ ਅਸੀਂ ਜੇ ਉਹੋ ਜਿਹੜੇ ਸਾਡੇ ਸਮਾਜ ਦੇ ਉੱਤੇ ਕਲੰਕ ਨੇ ਜੇ ਉਹਨਾਂ ਨੂੰ ਵੀ ਅਸੀਂ ਰੋਕ ਪਾਉਂਦੇ ਤਾਂ ਸਾਡੇ ਵਾਸਤੇ ਬਹੁਤ ਔਖਾ ਸੋ ਆਓ ਸਾਰੇ ਰਲ ਕੇ ਸਹੁੰ ਖਾਈ ਅੱਜ ਕਿ ਨਸ਼ੇ ਵਾਲਿਆਂ ਨੂੰ ਅਸੀਂ ਬਖਸ਼ਣਾ ਨੀ ਚਾਹੇ ਕੋਈ ਵੀ ਹੈ ਜੇ ਤੁਸੀਂ ਸਾਰੇ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਪੂਰਾ ਜੀ ਅਸੀਂ ਜਮਾਨਤ ਵੀ ਨਹੀਂ ਕਰਾਉਣੀ ਔਰ ਸਾਡਾ ਨਸ਼ਾ ਦੇ ਖਿਲਾਫ ਲੜਦਾ ਅਸੀਂ ਸਾਰੇ ਅਹਿਦ ਲੈਂਦੇ ਹਾਂ ਉੱਧਰ ਬੈਠੇ ਨੇ ਮੁੰਡੇ ਉਹ ਨੀ ਦੇਖਣ ਚਾਹੁੰਦੇ ਨਸ਼ਾ ਛੋਟੇ ਸਾਹਮਣੇ ਵਾਲੇ ਠੀਕ ਆ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਰਦਾਰ ਚੇਤਨ ਸਿੰਘ ਜੀ ਚੌੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ ਅਸੀਂ ਜੋ ਸਾਡੀਆਂ ਮੰਗਾਂ ਸੀਆਂ ਉਹਨਾਂ ਨੇ ਸਾਰੀਆਂ ਮੰਗੀਆਂ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਜੋ ਵੀ ਸਾਡੀ ਸੜਕ ਆ ਕੋਈ ਵੀ ਆ ਉਹ ਛੇਤੀ ਤੋਂ ਛੇਤੀ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਚੇਤਨ ਸਿੰਘ ਜੀ ਧੰਨਵਾਦ ਹੈ।
ਲਖਵਿੰਦਰ ਸਿੰਘ ਜੀ ਜਵਾਨਾਂ ਕਾਪਾ ਸਾਹਿਬ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ। ਉਹਨਾਂ ਦਾ ਵੀ ਬਹੁਤ ਵੱਡਾ ਜੋ ਅਗਲੀ ਪਰਚੀ ਆ ਉਹ ਵੀ ਦੇ ਦੋ ਜੀ ਤਾਂ ਕਿ ਆਪਾਂ ਇੱਕ ਕੁਸ਼ਤੀ ਹੋਰ ਲਵਾ ਸਕੀਏ। ਗੁਲਾਬ ਸਿੰਘ ਨੂੰ ਬੇਨਤੀ ਹੈ ਕਿ ਅਗਲੀ ਪਰਚੀ ਦਿਓ ਜੀ। ਲੱਖੀ ਜਲੌਂਦਿਆਂ ਔਰ ਗੁਰਪ੍ਰੀਤ ਸਮਾਰਿਆਂ ਇਹ ਝੰਡੀ ਆ ਜੀ ਹਰਚੰਦ ਸਿੰਘ ਸਰਪੰਚ ਅੰਗਰੇਜ਼ ਸਿੰਘ ਜੀ ਚੀਮਾ ਇਟਲੀ ਖੇੜੀ ਬੱਤਾਂ ਵਾਲੇ ਇਹ ਸਾਨੂੰ 1100 ਰੁਪਇਆ ਮਾਲੀ ਮਦਦ ਭੇਜਦੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਰਦਾਰ ਅੰਗਰੇਜ਼ ਸਿੰਘ ਜੀ ਚੀਮਾ ਇਟਲੀ ਖੇੜੀ ਬੱਤਾਂ ਵਾਲੇ ਹਾਂਜੀ ਹਰਚੰਦ ਸਿੰਘ ਸਰਪੰਚ ਔਰ ਸੁਖਜਿੰਦਰ ਸਿੰਘ ਜੀ ਇਹਨਾਂ ਵੱਲੋਂ 2200 ਦੀ ਝੰਡੀ ਹੈ ਜੀ। 1100-1100 ਦੀ ਝੰਡੀ ਇਕੱਠੀ ਕਰਕੇ 2200 ਦੀ ਝੰਡੀ ਤੇ ਕੁਸ਼ਤੀ ਦਿਖਾਉਣ ਜਾ ਰਹੇ ਨੇ। ਲੱਖੀ ਜਲੌਂਦਿਆਂ ਵਾਲਾ ਗੁਰਪ੍ਰੀਤ ਸਮਾਣੇ ਵਾਲਾ ਸਰਦਾਰ ਹਰਚੰਦ ਸਿੰਘ ਜੀ ਸਮਾਜ ਸਾਹਿਬ ਜਿਨ੍ਹਾਂ ਵੱਲੋਂ ਝੰਡੀ ਵੰਡੀ ਗਈ ਹੈ। ਸਰਦਾਰ ਸੁਖਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਜਲੌਂਦਿਆਂ ਵਾਲਾ ਬਾਈ ਸਮਾਣੇ ਵਾਲਾ ਆ ਗਰਾਊਂਡ ਚ ਆ ਜਾਓ ਕਿਉਂਕਿ ਸਾਡੇ ਖਲੀਫਾ ਵਿਹਲੇ ਖੜੇ ਨੇ। 1100 ਦੀ ਝੰਡੀ ਹੈ ਕਾਂਗਰਸ ਦੇ ਵੱਲੋਂ ਬੰਨੀ ਗਈ ਹੈ ਤੇ ਝੰਡੀ ਆਰ ਪਾਰ ਦੇ ਹੋਵੇ ਪਹਿਲਾਂ ਵੱਲੋਂ ਬਰਾਬਰ ਜੀ ਦਾ ਕਰ ਦਿਓ। ਹਾਂਜੀ ਤੁਹਾਨੂੰ ਦੱਸਣਾ ਹੁਣ ਦੇਖਣ ਦਾ ਸਵਾਲ ਆਵੇ। ਹਾਂਜੀ ਕਾਕਾ ਬਿਲਕੁਲ ਬਿਲਕੁਲ ਦੋਨੋਂ ਕੁਸ਼ਤੀਆਂ ਆਰ ਪਾਰ ਹੋਣਗੀਆਂ ਜੀ। ਹਾਂਜੀ ਬਾਈ ਜੀ
ਰਿੰਕਾ ਜੀ ਕਾਕਾ ਕਾਰ ਬਾਜ਼ਾਰ ਵਾਲੇ ਇਹ 3000 ਰੁਪਇਆ ਆਪਣੇ ਕਲੱਬ ਨੂੰ ਮਾਲੀ ਮਦਦ ਭੇਜਦੇ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਕਾਕਾ ਕਾਰ ਬਾਜ਼ਾਰ ਵਾਲੇ ਅਲੱਖੀ ਜਗਾਉਂਦਾ ਔਰ ਗੁਰਪ੍ਰੀਤ ਸਮਾਣਾ ਇਹ ਬਈ ਆ ਕੇ ਵਜੋਂ ਪਰਚੀ ਲੈ ਜਾਣਾ, ਮੈਂ ਕਿਸੇ ਖਲੀਫਾ ਨੂੰ ਪਰਚੀ ਦੇਣੀ ਕਿਉਂਕਿ ਬਾਅਦ ਦੇ ਵਿੱਚ ਇਹ ਬੰਦਾ ਪੈਂਦਾ ਪਰਚੀ ਲੈ ਖਲੀਫਾ ਖੜੇ ਤੁਸੀਂ ਆਉਂਦੇ ਨੀ ਹੈਗੇ। ਹਾਂਜੀ ਆਓ ਮੇਰੇ ਪਰਚੀ ਲੈ ਕੇ ਜਾਓ। ਰਿੰਕਾ ਜੀ ਗੁਰੂ ਕਿਰਪਾ ਟਰੈਕਟਰ ਏਜੰਸੀ ਪਟਿਆਲੇ ਏਜੰਸੀ ਵਾਲੇ ਸਾਨੂੰ 3000 ਰੁਪਇਆ ਮਾਲੀ ਮਦਦ ਭੇਜਦੇ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਨਾਲ ਹੀ ਆਪਣਾ ਸਨਮਾਨ ਚਿੰਨ੍ਹ ਹਾਸਲ ਕਰ ਲੈਣ ਜੀ ਗੁਰੂ ਕਿਰਪਾ ਟਰੈਕਟਰ ਏਜੰਸੀ ਵਾਲੇ। ਖਲੀਫਾ ਜੀ ਨੂੰ ਬੇਨਤੀ ਹੈ ਕਿ ਕੁਸ਼ਤੀ ਆਰ ਪਾਰ ਦੀ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਕਿਉਂਕਿ ਪਹਿਲਾਂ ਆਪਾਂ ਕਾਫੀ ਕੁਰਸੀਆਂ ਬਰਾਬਰ ਕਰ ਗਏ ਹੈ, ਜੋ ਛੋਟੀਆਂ ਸੀ ਕੋਈ ਗੱਲ ਨੀ, ਇਹ ਜਿਹੜੀ ਕੁਰਸੀ ਅੱਗੇ ਹੋਣ ਜਾ ਰਹੀ ਹੈ ਇਹ ਹਰਜੰਦ ਸਿੰਘ ਸਰਪੰਚ ਆ ਸੁਖਜਿੰਦਰ ਸਿੰਘ ਇਹਨਾਂ ਦੋਹਾਂ ਝੰਡਿਆਂ ਨੂੰ ਮਿਲਾ ਕੇ 2200 ਦੀ ਝੰਡੀ ਕੀਤੀ ਹੈ। ਲੱਖੀ ਜਲੌਦਾ ਗੁਰਪ੍ਰੀਤ ਸਮਾਨ ਲੜਨਗੇ ਜੀ, ਆ ਕੇ ਪਾਸੀ ਲੈ ਜਾਵਾਂ ਲੱਖੀ ਜਲੌਦਾ ਆ ਅਲੀ ਮਲੇਰਕੋਟ ਵਾਲਾ ਔਰ ਜਾਤਰ ਧਗੇੜਾ ਇਹ ਵੀ 2200 ਦੀ ਪਾਸੀ ਤੇ ਲੜਨਗੇ ਜੀ। 2200 ਦੀ ਝੰਡੀ ਹੈ ਸਰਦਾਰ ਮਨੁੱਖ ਸਿੰਘ ਸਿੱਧੂ ਇਹਨਾਂ ਵੱਲੋਂ ਜੀ ਝੰਡੀ ਵਾਲੇ ਕੁਸ਼ਤੀ ਵਾਲੇ ਸਾਰੇ ਜਿੰਨੇ ਵੀ ਪਹਿਲਵਾਨ ਭੋਲਾ ਕਰਦੇ ਨੇ ਬੇਨਤੀ ਹੈ ਕਿ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਹੋ, ਪੰਜਾਬ ਦਾ ਮਾਣ ਹੋ, ਥੋੜਾ ਜਿਹਾ ਸਾਡਾ ਵੀ ਕਮੇਟੀਆਂ ਦਾ ਮਾਣ ਰੱਖਿਆ ਕਰੋ। ਹਾਂਜੀ ਜੱਸੀ ਫੋਟੋ ਸਟੂਡੀਓ ਵਾਲੇ ਉੱਪਰ ਆ ਜਾਣ ਜੀ ਸਟੇਜ ਤੇ ਹੁਣ ਗੁਰਪ੍ਰੀਤ ਸਮਾਣੇ ਵਾਲਾ ਬਾਈ 2200 ਦੀ ਝੰਡੀ ਲੜ ਰਿਹਾ, ਹਰਚੰਦ ਸਿੰਘ ਸਰਪੰਚ ਇਹਨਾਂ ਦੀ ਝੰਡੀ ਵਧੀਆ ਦੇ ਨਾਲ ਸੁਖਜਿੰਦਰ ਸਿੰਘ ਦੀ ਝੰਡੀ ਬਣਾ ਕੇ 2200 ਦੀ ਝੰਡੀ ਕੀਤੀ ਹੈ ਜੀ। ਹਾਂਜੀ ਬਾਈ ਜੇ ਕੋਈ ਵੀਰ ਜਿਹਨੇ ਵੀ ਸਹਿਯੋਗ ਦਿੱਤਾ ਹੈ ਕੋਈ ਨਾ ਬੋਲਣ ਕਦੇ ਉਹ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ, ਕਈ ਵਾਰੀ ਦਿਮਾਗ ਦਾ ਨਿਕਲ ਜਾਂਦਾ ਹੈ ਤਾਂ ਵੀਰ ਬਣ ਕੇ ਜੇ ਕੋਈ ਰਹਿੰਦਾ ਹੈ ਤਾਂ ਭਰਾ ਆ ਕੇ ਸਟੇਜ ਤੋਂ ਆਪਣਾ ਮਾਨ ਸਨਮਾਨ ਜ਼ਰੂਰ ਲੈ ਕੇ ਜਾਓ। ਜਿਹਨੇ ਵੀ ਮੇਰਾ ਸਹਿਯੋਗ ਦਿੱਤਾ ਸਟੋਰ ਮੈਂਬਰ ਦੇ ਲਈ ਮੈਂ ਵੀ ਮੇਰੇ ਵੀਰ ਨਾਲ ਸਹਿਮਤ ਹਾਂ ਕਿ ਜੇ ਨਾ ਬੋਲਣ ਤੋਂ ਰਹਿ ਗਏ ਹੋਵੇ ਤਾਂ ਸਾਡੇ ਵੀਰ ਨੂੰ 100-50 ਰੁਪਏ ਦੇ ਕੇ ਨਾ ਬੁਲਾ ਲਿਆ ਨੂੰ ਤਾਂ ਕਿ ਪੰਜਾਬੀ ਮਾਂ ਬੋਲੀ ਸੇਵਾ ਕਰਨ ਦਾ ਮਾਣ ਹੋ ਸਕੇ, ਕਿਉਂਕਿ ਐਨੇ ਦਾਨੀ ਸੱਜਣ ਵੱਡੇ ਵੱਡੇ ਦਾਨ ਕਰਦੇ ਆ ਕੋਈ ਫਰਕ ਨੀ ਪੈਂਦਾ। ਹਾਂਜੀ ਅਗਲੀ ਜਿਹੜੀ ਝੰਡੀ ਹੈ ਜਸਵੀਰ ਸਿੰਘ ਲਖਨੋਈ ਔਰ ਨਵਜੋਤ ਸ਼ਾਹਪੁਰ ਇਹ ਦੋਹਾਂ ਵੱਲੋਂ ਇਕੱਠੀ ਕਰਕੇ 2200 ਦੀ ਝੰਡੀ ਆ ਜੀ। ਝੰਡੀ ਦੇ ਪਹਿਲਵਾਨ ਲੜਨ ਜਾ ਰਹੇ ਨੇ ਪ੍ਰੀਤ ਧਗੇੜੇ ਵਾਲਾ। ਹਾਂਜੀ ਮਲੇਰਕੋਟ ਵਾਲਾ ਆ ਕੇ ਵਿੱਚ ਪਰਚੀ ਲੈ ਜਾਓ ਮੇਰਾ ਵੀਰ ਅਮਰੀਕਾ ਜੀ। ਹਾਂਜੀ ਸਰਦਾਰ ਦਵਿੰਦਰ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦਾ ਜੋ ਸਨਮਾਨ ਚਿੰਨ੍ਹ ਉਹਨਾਂ ਦਾ ਭਤੀਜਾ ਲਾਲੀ ਜੀ ਉਹ ਆ ਕੇ ਸਟੇਜ ਤੋਂ ਹਾਸਲ ਕਰ ਲੈਣ ਜੀ। ਲਾਲੀ ਜੀ ਸੁਖਵਿੰਦਰ ਸਿੰਘ ਧਮਾਰ ਸਾਡਾ ਵੀਰ ਹੈ ਉਹਦਾ ਵੀ ਸਨਮਾਨ ਹੈ। ਆ ਜਾਓ ਵੀਰੇ ਪ੍ਰੀਤ ਧਗੇੜਾ ਕੱਲੂ ਮਲੇਰਕੋਟ ਦਾ ਬਾਈ ਪੰਜ ਵਾਰੀ ਬੋਲਦਾ ਮੇਰਾ ਵੀਰ ਆਇਆ ਬਾਈ ਜਿਹੜੇ ਪਹਿਲਵਾਨਾਂ ਦੇ ਨਾਮ ਬੋਲੇ ਜਾਂਦੇ ਬਾਈ ਜਲਦੀ ਆਏ ਕਰੋ ਖਾਣੇ ਦੇ ਵਿੱਚ। ਅਲੀ ਮਲੇਰਕੋਟ ਦਾ ਜਤਨ ਧਗੇੜੇ ਵਾਲਾ ਬਾਈ ਤੁਸੀਂ ਵੀ ਆ ਜਾਓ ਪਹਿਲਵਾਨ ਜੀ
ਆ ਗਿਆ ਮੇਰਾ ਵੀਰ ਛਾਲਾ ਮਾਰਨਾ ਕੀ ਨਾਮ ਹੈ ਇਹਦਾ ਹਾਂਜੀ ਖਲੀਫਾ ਸਾਹਿਬ ਅਪਰੀਤ ਕੇ ਰਹਿ ਪਰ ਪਰਚੀ ਪਾਉਣ ਗਈ ਹੈ ਇਹ ਵਾਲੀ ਕੁਰਸੀ ਦਿਖਾਉਣਗੇ ਆਪਣੇ ਪਾਰਲੀਮੈਂਟ ਤੋਂ ਬੁਲਾਓ ਜੀ ਅਲੀ ਮੁਨੇਰ ਕੋਟ ਦਾ ਔਰ ਜਾਦਵ ਧਗੇੜਾ ਆਇਆ ਮੈਂ ਵੀ ਧਗੇੜਿਆ ਆ ਅਗਲੇ ਟਾਈਆਂ ਪਵਾ ਕੇ ਪਰਚੀ ਦੇਖੋ ਜੀ ਤਾਂ ਕਿ ਆਪਾਂ ਦਰਸ਼ਕਾਂ ਨੂੰ ਵਧੀਆ ਤੋਂ ਵਧੀਆ ਮੋਨੀਟਰ ਕਰਵਾ ਸਕੀਏ ਕਿਆ ਬਾਤ ਹੈ ਜੀ ਹਾਂਜੀ ਚਾਰ ਬਾਰ ਦੀ ਹੈ ਇਹ ਗਰਮਿੰਦਰ ਸਿੰਘ ਮਜਾਲ ਵਾਲੇ ਹਾਂਜੀ ਰਿੰਕਾ ਜੀ ਚੱਲੀ ਚੱਕੀ ਸਰਦਾਰ ਜਿੱਤੂ ਸਿੰਘ ਜੀ ਮਜਾਲ ਵਾਲਾ ਜੀ ਵਾਹ ਕਾਦਰ ਧਗੇੜੇ ਵਾਲਾ ਜੀ ਉਹ ਤੁਹਾਡੇ ਤੁਸੀਂ ਜਲਦੀ ਬਣੋ ਸਾਡਾ ਦੱਸ ਦੋ ਭਾਈ ਅਸੀਂ ਲੱਖ ਰੁਪਏ ਲਗਾਏ ਬਹੁਤ ਵੱਡਾ ਧੰਨਵਾਦ ਰਜਿੰਦਰ ਰਾਜਾ ਦੇ ਨਾਲ ਕਮਲ ਕਮਲ ਸਰਾਈ ਬਹੁਤ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਵੀ ਇਹ ਵੀ ਕਹਿੰਦੇ ਪਰਸੋਂ ਨੂੰ ਵੱਡੀਆਂ ਡਿਊਟੀਆਂ ਦੇ ਰਿਹਾ ਹੈ ਇਹਨਾਂ ਦਾ ਵੀ ਧੰਨਵਾਦ ਹੈ ਸੁਪਿੰਦਰ ਸਿੰਘ ਭਿੰਡੀ ਸਾਡਾ ਵੀਰ ਤੇ ਨਾਲ ਕੋਹੀ ਨੂਰ ਸਿੰਘ ਗੋਰੀ ਬਹੁਤ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਹਾਂਜੀ ਮੈਂ ਬੇਨਤੀ ਕਰਨਾ ਕਿਉਂਕਿ ਕਮੇਟੀ ਵੱਲੋਂ ਕੁਸ਼ਤੀ ਆ ਜੀ ਬਿਲਕੁਲ ਲਾਸਟ ਕੁਸ਼ਤੀ ਹੈ ਅੱਜ ਦੇ ਮੇਲੇ ਦੀ ਗੁਰਬੀਰ ਜੱਸਾ ਪ੍ਰਧਾਨ ਲਾਲ ਵਰਨ ਗੁਲਾਬ ਸਿੰਘ ਗੁਰਸੇਵਕ ਖਜਾਨਚੀ ਯਾਦਵਿੰਦਰ ਸਿੰਘ ਜਸਵੀਰ ਸਿੰਘ ਕਾਲਾ ਪ੍ਰਧਾਨ ਸਾਹਿਬ ਸਾਡੇ ਸਾਰੇ ਗਰਾਊਂਡ ਦੇ ਵਿੱਚ ਆ ਜਾਓ ਜੀ ਹੱਥ ਜੋੜੀ ਕਰਵਾ ਦਿਓ ਔਰ ਨਾਲ ਹੀ ਗੁਰਵਿੰਦਰ ਸਿੰਘ ਜੀ 5500 ਵਾਲੀ ਝੰਡੀ ਬੰਨ ਦੋ ਜਿੰਨੇ 5500 ਵਾਲੀ ਨਸ਼ਾ ਛਡਾਊ ਕਮੇਟੀ ਵੱਲੋਂ ਦੋ ਕੁਸ਼ਤੀਆਂ ਹੋਈਆਂ ਜੀ 5500 ਦੀਆਂ ਇੱਕ ਹੋ ਰਹੀ ਇੱਕ ਹੋ ਰਹੀ ਹੈ ਦੂਜਾ ਕਮੇਟੀ ਨੂੰ ਬੇਨਤੀ ਹੈ ਕਿ ਆ ਕੇ ਹੱਥ ਜੋੜੀ ਕਰਵਾ ਕੇ ਆਪਣੀ 3100 ਦੀ ਜਿਹੜੀ ਝੰਡੀ ਹੈ ਇਹ ਵੀ ਸ਼ੁਰੂਆਤ ਕਰਾਓ ਜੀ ਲਓ ਜੀ ਪਹਿਲਵਾਨਾਂ ਦੇ ਨਾਂ ਦਾ ਬੜਾ ਬੋਲ ਦਿੰਦ ਪਰਚੀ ਲਓ ਜੀ ਨਾਂ ਬੋਲਣ ਦੋ ਪਹਿਲਵਾਨਾਂ ਦੇ ਕਿਹੜੇ ਕਿਹੜੇ ਨਵੀਰ ਅਸੀਂ ਪਹਿਲਵਾਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਨਾਭਾ ਤੋਂ ਬਗਰ ਔਰ ਕਾਲਾ ਲਵਾਉਣੇ ਵਾਲਾ 3100 ਦੀ ਝੰਡੀ ਤੇ ਲੜ ਰਹੇ ਨੇ ਜੀ ਜੋ ਕਿ ਕਮੇਟੀ ਵੱਲੋਂ ਬੇਨਤੀ ਕਰਦਾ ਜੱਸਾ ਪ੍ਰਧਾਨ ਔਰ ਲਾਲ ਗੁਲਾਬ ਸਿੰਘ ਜੀ ਸਾਡੇ ਸਤਨਾਮ ਸਿੰਘ ਜੀ ਪ੍ਰਤਾਪ ਸਿੰਘ ਜੀ ਪ੍ਰਧਾਨ ਡੇਰਾ ਬਾਬਾ ਨਿਰਮਾਨ ਜੀ ਬੱਤਾ ਵਾਲੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਹਾਸਲ ਕਰ ਲੈਣ ਜੀ ਸਾਡੇ ਅਮਨਦੀਪ ਸਿੰਘ ਜੋ ਕਿ ਸਾਡੇ ਸਾਨੂੰ ਚਿੱਟਾ ਨਸ਼ਾ ਛਡਾਊ ਕਮੇਟੀ ਵਿੱਚ ਬਹੁਤ ਸਾਰਾ ਸਾਥ ਦੇ ਰਹੇ ਨੇ ਧੰਨਵਾਦ ਕਰਦੇ ਹਾਂ ਹਾਂਜੀ ਹੱਥ ਜੋੜੀ ਕਰ ਲਓ ਵੀਰ ਜੀ ਕਮੇਟੀ ਆ ਗਈ ਬਾਈ ਜੀ ਆ ਗਈ ਜੀ ਕਮੇਟੀ ਵਾਲੀ ਫਿਰ ਦੱਸੇ ਹਾਂਜੀ ਆ ਸਾਰੇ ਆ ਜਾਓ ਆਹ ਡਰਪਿਆ ਗਰਾਊਂਡ ਦਾ ਚਦਾਲਾ ਕੈਮਰਾ ਸੀਟ ਤੋਂ ਵੀ ਸਾਡੇ ਦੌਰਾਨ ਬਾਈ ਜੀ ਪਹੁੰਚੇ ਧੰਨਵਾਦ ਕਰਦੇ ਮਿਹਰਬਾਨੀ ਹਾਂਜੀ
ਅਮਨਦੀਪ ਸਿੰਘ ਅਮਲੀ ਦਾ ਵੀ ਕਹਿੰਦੇ ਵੀ ਮੁੜ ਤੋਂ ਮੁੜ ਕੀ ਹੋ ਗਿਆ, ਦੇਖੋ ਜੋਰ ਚੋਪੜਾ ਦਾ ਕਹਿੰਦਾ ਵੀ ਨੀ ਚੋਹੜਾ ਜਿਸ ਵਿੱਚ ਠੋਰ ਚੋਪੜਾ ਦਾ ਚੜੀ ਜਵਾਨੀ ਗਰਮ ਖੋਰ ਲਲਕਾਰੇ ਤਾਂ ਵੱਜਦੇ ਔਰ ਰਾਣੇ ਖੇਲੇ ਮਰਦ ਮਦਾਨੋਂ ਡਰ ਕੇ ਨੀ ਭੱਜਦੇ। ਉਧਰ ਕਹਿੰਦੇ ਜੋਰ ਹੋਇਆ ਪਿਆ ਭਰਵਾਨਾ ਦਾ ਐਨ ਮੇਰੇ ਵੀਰੋ ਐਨ ਕਰਦੇ ਸਮੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਗੁਰਵਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਜਿਹੜੇ ਕਿ ਗਰਾਊਂਡ ਦੇ ਵਿੱਚ ਐਂਟਰੀਆਂ ਦੀ ਸੇਵਾ ਨਿਭਾ ਰਹੇ ਨੇ। ਰਿਕਾ ਜੀ ਸਰਦਾਰ ਜਸਵੀਰ ਸਿੰਘ ਜੀ ਥਿੰਦਾ ਸਿਮਰਨ ਪੈਸਟੀਸਾਈਡ ਵਾਲੇ ਭਾਂਡਰੀ ਵਾਲੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਹਾਸਲ ਕਰ ਲੈਣ ਜੀ। ਸਰਦਾਰ ਜਸਵੀਰ ਸਿੰਘ ਜੀ ਥਿੰਦਾ ਭਾਂਡਰੀ ਵਾਲੇ ਔਰ ਸਰਦਾਰ ਨਿਸ਼ੰਕਰ ਸਿੰਘ ਜੀ ਸਾਬਕਾ ਸਰਪੰਚ ਪਾਸੀ ਚਿੱਟਾ ਖਤਮ ਕਰਕੇ ਹੀ ਸਾਹ ਲੈਣਾ ਜਿੰਨੀ ਦੇਰ ਲੱਗਦੀ ਹੈ ਲੱਗ ਜੇ। ਉਧਰ ਬਹੁਤ ਵੱਡਾ ਧੰਨਵਾਦ ਹੈ ਨਸ਼ਾ ਛੁਡਾਊ ਕਮੇਟੀ ਦਾ, ਨਿਸ਼ੰਕਰ ਸਿੰਘ ਜੀ ਸਰਪਾਸਾ ਦਾ ਭਾਂਗੜਾ ਵਰਾਇਟੀ ਵਰਨਾ ਭਾਤਾ ਵਰਨਾ ਬਹਾਦਰ ਖਾਨ ਤੇ ਅੰਮ੍ਰਿਤ ਧਮਾਨ ਹੋਈ ਸਾਡੇ ਵੀਰ ਦੇ ਤੇ ਨਾਲ ਰਾਜਵਿੰਦਰ ਸਿੰਘ ਰਾਜੇ ਹੋਰੇ ਨਸ਼ਾ ਛੁਡਾਊ ਕਮੇਟੀ ਦਾ ਕਹਿੰਦੇ ਧੰਨਵਾਦ ਹੈ। ਵੱਡਾ ਉਪਰਾਲਾ ਇਸ ਨਗਰ ਦੇ ਵਿੱਚ ਕੀਤਾ ਜਾ ਰਿਹਾ ਕਮਲ ਸਰਾਵੇ ਹੋਣੀ ਸਾਡੇ ਵੀਰ ਐਨ ਉਧਰ ਬੜੀ ਵਧੀਆ ਕੁਸ਼ਤੀ ਖੇਡੀ ਜਾ ਰਹੀ ਹੈ ਦੋਨੋਂ ਪਹਿਲਵਾਨਾਂ ਦੇ ਵਿਚਕਾਰ ਆ। ਵੀ ਮੈਗੀਆਂ ਦਾ ਕਿੱਥੋਂ ਪ੍ਰਭਾਵ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨੀ ਰੋੜੇ ਵੱਜਦੇ ਕਦੇ ਦਾ ਭਾਪੂ ਮੁਹਰੇ ਅਰੇ ਡਿਗਰੀ ਤੇ ਚੋਰਾਂ ਮੁਹਰੇ ਅਰਦੇ ਦਾ ਜਿੰਦੇ ਸੋਹਣਿਆ ਬਾਬਾ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ। ਵੀ ਰਾਜੀ ਜਿਹੜੇ ਛੱਡਦੇ ਪੈੜਾਂ ਟੱਪਣ ਲੱਗੇ ਨੇ ਸਿਰ ਫਿਰਿਆ ਵਿੱਚ ਅੱਜ ਕੱਲ ਸਾਨੂੰ ਦੱਸਣ ਲੱਗੇ ਨੇ ਵੀ ਲਾਉਣਾ ਮਗਰ ਔਖਾ ਹੋਇਆ ਪਿਆਏ ਲੋਕਾਂ ਨੂੰ ਔਰ ਤੇਰੀ ਚੁੱਪਰੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ ਤੇਰੀ ਚੁੱਪਰੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ। ਇਹ ਪਹਿਲਵਾਨ ਕਿਹੜੇ ਕਿਹੜੇ ਮੈਂ ਵੀ ਬਾਈ ਮੈਂ ਅਨਾਊਂਸ ਕਰ ਰਿਹਾ ਪਿੰਡ ਕਿਹੜੇ ਕਿਹੜੇ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਹੀ ਸੁਨੱਖੇ ਮੁੰਡੇ ਆ ਬਹੁਤ ਸੁਨੱਖੇ ਨਾਮ ਨੇ ਇਧਰੇ ਬਾਈ ਨਾਭੇ ਤੋਂ ਗਗਨ ਗਗਨ ਬਾਈ ਨਾਭੇ ਤੋਂ ਕਾਲਾ ਲਵਾਣੇ ਵਾਲਾ ਦੋਹਾਂ ਦੀ ਟਾਈ ਪਈ ਹੈ ਗਗਨ ਨਾਭਾ ਕਾਲਾ ਟਵਾਣੇ ਵਾਲਾ ਬਾਈ ਲਾ ਨਾਭੇ ਵਾਲਾ ਘੋਲਦਾ ਵੀ ਨਾਭੇ ਨੀ ਏ ਨਾਭੇ ਨੀ ਏ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ ਵੀ ਨਾਭੇ ਪਹਿਣ ਤਰੀਕਾ ਵੀ ਤੇਰੇ ਫੈਲੀ ਜਾ ਰਹੀਆਂ ਹਮ ਸਾਹਮਣੇ ਕਹਿੰਦੇ ਵੱਡੇ ਵੱਡੇ ਪਹਿਲਵਾਨ ਘੁਲਦੇ ਆ। ਉਧਰ ਬਹੁਤ ਵੱਡਾ ਧੰਨਵਾਦ ਆ ਜੱਸਾ ਪ੍ਰਧਾਨ ਆ ਸਾਡਾ ਯਾਰਾਂ ਦਾ ਯਾਰ ਆ ਨਾਲ ਕਹਿੰਦੇ ਗੁਰਵਿੰਦਰ ਸਿੰਘ ਠੇਕੇਦਾਰ ਲਾਲ ਸਿੰਘ ਜੀ ਬਰਨਾ ਗੁਲਾਬ ਸਿੰਘ ਜੀ ਨਾਲ ਸੁਖਜਿੰਦਰ ਸਿੰਘ ਜੀ ਸੁੱਖਾ ਅਭਿਜੋਤ ਸਿੰਘ ਜੀ ਅਮਨਦੀਪ ਸਿੰਘ ਅਮਨੀ ਰੋਹਿਤ ਬਾਈ ਹੋਣਾ ਦਾ ਅਮਰ ਧਮਾਨ ਹੋਣਾ ਦਾ ਬਹਾਦਰ ਖਾਨ ਹੋਣਾ ਦਾ ਮੇਲਾ ਹੈ ਆਓ ਤੱਕ ਕਹਿੰਦੇ ਪੈਰੀਆਂ ਆਓ ਸਾਹਮਣੇ ਮੇਰੇ ਵੀਰੋ ਵੀ ਲਗਲੋਈ ਪਿੰਡ ਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਦਿਖਾਉਂਦੇ ਨੇ ਦਸਾਂ ਰੋਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਤੜਕਾ ਕੇ ਰਾਜੇ ਖੇਲੇ ਸੱਜੇ ਸੱਜਣ ਮਿਲਦੇ ਜੱਫੀਆਂ ਪਾ ਕੇ ਵਾਹੀ ਵਾਹ ਕਿਆ ਬਾਤ ਹਾਂਜੀ ਜੱਫੀਆਂ ਪਾ ਕੇ ਮਿਲਦੇ ਜੱਫੀਆਂ ਪਾ ਕੇ ਜਸਵੀਰ ਸਿੰਘ ਜੀ ਪੈਸਟੀਸਾਈਡ ਭਾਂਡਰੀ ਵਾਲੇ ਉਹ ਆਪਣਾ ਸਨਮਾਨ ਚਿੰਨ੍ਹ ਹਾਸਲ ਕਰ ਲੈਣ ਜੀ। ਜਸਵੀਰ ਸਿੰਘ ਜੀ ਥਿੰਦ ਭਾਂਡਰੀ ਵਾਲੇ ਬਹੁਤ ਵੱਡਾ ਧੰਨਵਾਦ ਹੈ ਡੇਰਾ ਕਮੇਟੀ ਦਾ
ਪ੍ਰਤਾਪ ਸਿੰਘ ਜੀ ਪ੍ਰਧਾਨ ਸਾਹਿਬ, ਨਹਿਰ ਸਿੰਘ ਜੀ ਨੰਬਰਦਾਰ ਸਾਹਿਬ, ਗੁਰਮੀਤ ਪ੍ਰਧਾਨ ਨੇ ਨਾਲ, ਅਸ਼ੀਸ਼ ਸ਼ਰਮਾ ਜੀ, ਤੀਰਥ ਸਿੰਘ ਜੀ, ਵੀਰਬਲ ਠੇਕੇਦਾਰ, ਹਾਕਮ ਸਿੰਘ ਜੀ ਨਾਲ, ਤੇਗ ਸਿੰਘ ਜੀ ਸਾਬਕਾ ਸਰਪੰਚ ਸਾਹਿਬ, ਰਾਜਪਾਲ ਸਿੰਘ ਜੀ ਸਿੱਧੂ, ਰੋਦੂ ਰਾਮ ਜੀ ਤੇ ਨਾਲ ਤੇਜਾ ਸਿੰਘ ਜੀ, ਇਹਦਾ ਮਾਨਯੋਗ ਸ਼ਖਸੀਅਤਾਂ ਦਾ ਬਹੁਤ ਵੱਡਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ। ਹਾਊਸ ਕੁਸ਼ਤੀ ਸਿਰੇ ਦੀ ਚੱਲਦੀ ਹੈ। ਕੁਸ਼ਤੀ ਤੋਂ ਬਾਅਦ ਭਾਵੇਂ ਬੋਤਲਾਂ ਦੀ ਗੱਲ ਵੀ ਜਾਂਦੀ ਮਰਜ਼ੀ ਕਰੇ। ਹਾਂਜੀ, ਚਤੈਰਾ ਫੀਡ ਵਾਲੇ ਸਾਨੂੰ ਬਹੁਤ ਸਾਰਾ ਸਨਮਾਨ ਭੇਜਦੇ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਜਿੰਦਰ ਸਿੰਘ ਜੀ, ਚਤੈਰਾ ਫੀਡ ਵਾਲੇ, ਅਰਜਾਨ ਸਾਹਿਬ ਕੀ ਮਾਫ ਕਰਨਾ, ਸੋ ਬਹੁਤ ਬਹੁਤ ਮਿਹਰਬਾਨੀ ਜਿੰਨੇ ਮੇਰੇ ਵੀਰ ਇੱਥੇ ਪਹੁੰਚੇ ਆ। ਹਾਂਜੀ ਲੱਕੀ, ਹੁਣ ਤੁਹਾਨੂੰ ਕਹਿੰਦੇ ਦੱਸੇ ਪ੍ਰਧਾਨ ਦਾ ਧੰਨਵਾਦ, ਨਾਲੇ ਗੁਰਪ੍ਰੀਤ ਖਜ਼ਾਨ ਜੀ ਆ, ਉਹਨਾਂ ਦੇ ਛੋਟੇ ਭਰਾ ਮੇਰੇ ਵੀਰੋ, ਵਿਸ਼ਾਲ ਪਰਦਾ ਪੱਤ, ਇੰਡੀਅਨ ਆਰਮੀ ਫੌਜੀ, ਬਹੁਤ ਵੱਡਾ ਧੰਨਵਾਦ ਹੈ ਵੀ ਸੇਵਾ ਦੇਸ਼ ਦੀ, ਜਿਹਨਾਂ ਦੀ ਬੜੀ ਔਖੀ ਗੱਲਾਂ ਕਰਦੀਆਂ, ਢੇਰ ਸਿਖਲੀਆਂ ਨੇ, ਜਿਹਨਾਂ ਦੇਸ਼ ਦੀ ਸੇਵਾ ਦੇ ਵਿੱਚ ਪੈਰ ਪਾਇਆ, ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ, ਵੀ ਟੁੱਟੀ ਮੰਜੀ ਬਾਣ ਪੁਰਾਣਾ, ਬਿਜਲੀ ਦਿੱਸੇ ਤਾਰੇ, ਬਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ, ਬਸਣਾ ਫੌਜੀ ਦੇ। ਤੇ ਉਧਰ ਵੱਡਾ ਧੰਨਵਾਦ ਅਮਰੀਕ ਸਿੰਘ ਕਾਲਾ, ਅਮਰਤ ਸਿੰਘ ਧਮਾਰਾ, ਨਾਲ ਸੁਖਿੰਦਰ ਸਿੰਘ ਗੋਰੀਏ, ਨਾਲ ਕੋਸੀ ਦੂਰ ਗੋਰੀਏ, ਰਾਜਵਿੰਦਰ ਸਿੰਘ ਰਾਜਾ, ਹਰਪ੍ਰੀਤ ਸਿੰਘ ਸ਼ੇਟੀ, ਗੁਰਜੀਵਨ ਸਿੰਘ ਗੋਰੀਏ, ਗੁਲਾਬ ਗੋਰੀਏ, ਨਾਲ ਨਰਿੰਦਰ ਗੋਰੀਏ ਉਹਨਾਂ ਦਾ, ਐਂਡ ਬਹਾਦਰ ਖਾਨ ਉਹਨਾਂ ਦਾ, ਕਹਿੰਦੇ ਧੰਨਵਾਦ ਹੈ ਵੀ ਕੁੱਲੀ ਨੀ ਫਕੀਰ ਦੀ ਵਿੱਚੋਂ। ਹਾਂਜੀ, ਸਰਦਾਰ ਅਵਤਾਰ ਸਿੰਘ ਜੀ, ਸਾਬਕਾ ਸਰਪੰਚ ਭਾਂਡਰੀ ਵਾਲੇ, ਜੇ ਉਹਨਾਂ ਦੇ ਪਰਿਵਾਰ ਚੋਂ ਕੋਈ ਵੀ ਇੱਥੇ ਪਹੁੰਚਿਆ ਤਾਂ ਉਹਨਾਂ ਦਾ ਸਨਮਾਨ ਚ ਨਾਸਰ ਕਰ ਲੈਣ ਜੀ। ਉਧਰ ਯਾਰਾਂ ਯਾਰ ਕਹਿੰਦੇ ਭਾਂਡਰੇ ਵਾਲਾ ਧੀਤੀ ਵੀ ਆਇਆ ਹੋਇਆ ਹੈ, ਯਾਰੀ ਅਮਰਤ ਧਮਾਰ ਦੇ ਨਾਲ ਫੱਟੇ ਦੇ, ਕਹਿੰਦੇ ਕਿੱਲ ਵਰਗੀ ਵੀ ਸਾਨੂੰ ਫਾਕਰ ਦੋਸਤਾਂ ਤੇ ਸਾਡੀ ਹੋਰ ਯਾਰੀ ਦੇ ਚਰਚੇ, ਰਾਜੇ ਖੇਲੇ ਸਭ ਰੱਬ ਦੀ ਸੱਚੇ ਯਾਰ ਨੀ ਜਾਂਦੇ ਪਰਖੇ, ਰਾਜੇ ਖੇਲੇ ਸਭ ਰੱਬ ਦੇ ਸੱਚੇ ਯਾਰ ਨੀ ਜਾਂਦੇ ਪਰਖੇ, ਸੱਚੇ ਯਾਰ ਨੀ ਜਾਂਦੇ ਪਰਖੇ, ਸਹੀ ਗੱਲ ਹੈ ਜੀ, ਸਹੀ ਗੱਲ ਹੈ। ਕਹਿੰਦੇ ਮੇਲਾ ਮੇਲੀਆਂ ਦਾ, ਪੈਸੇ ਢੇਲੀਆਂ ਦਾ, ਗਾਗੂ ਢੇਲੀਆਂ ਦਾ, ਸੋ ਬਹੁਤ ਹੀ ਵਧੀਆ ਮੇਲਾ, ਮੈਂ ਕਿਹੜਾ ਜਿੱਤ ਗਿਆ ਬਾਈ,